ਇੱਕ ਬਲੈਰੋ ਕਾਰ ਨਾਲ 20 ਵਾਰਦਾਤਾਂ ਨੂੰ ਦਿੱਤਾ ਅੰਜਾਮ, ਫਿਰ ਟਰੈਵਲ ਏਜੰਟ ਤੇ ਚਲਾਈਆਂ ਗੋਲੀਆਂ। ਹੁਣ ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਕਾਬੂ। ਦੱਸਦੇ ਕਿ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿੱਥੇ ਉਹਨਾਂ ਵੱਲੋਂ ਇੱਕ ਬਲੈਰੋ ਦੇ ਨਾਲ 20 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਇਹਨਾਂ ਵੱਲੋਂ ਇੱਕ ਟਰੈਵਲ ਏਜੰਟ ਨੂੰ ਵੀ ਟਾਰਗੇਟ ਕੀਤਾ ਗਿਆ ਸੀ, ਉਸ ਤੇ ਗੋਲੀਆਂ ਚਲਾਈਆਂ ਗਈਆਂ ਸੀ ਤੇ ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਉਹਨਾਂ ਦੇ ਵਿੱਚੋਂ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਦੱਸਦੇ ਕਿ ਮਾਮਲਾ ਜਲੰਧਰ ਦਾ, ਜਿੱਥੇ ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ, ਜਿਸ ਦੇ ਵਿੱਚ ਇੱਕ ਮੁਲਜ਼ਮ ਮੌਕੇ ਤੋਂ ਫਰਾਰ ਹੋ ਜਾਂਦਾ, ਜਦਕਿ 3 ਨੂੰ ਮੌਕੇ ਤੇ ਕਾਬੂ ਕਰ ਲਿਆ ਜਾਂਦਾ ਤੇ ਇਹਨਾਂ ਦੇ ਵਿੱਚੋਂ 2 ਸਗੇ ਪਾਈ ਸੀ ਤੇ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਦੇ ਵਿੱਚ ਇੱਕ ਬਲੈਰੋ ਗੱਡੀ ਵੀ ਬਰਾਮਦ ਕੀਤੀ, ਜਿਸ ਦੇ ਵਿੱਚ ਬੈਠ ਕੇ ਇਹਨਾਂ ਵੱਲੋਂ 20 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਦੇ ਨਿਰਦੇਸ਼ਾਂ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਇਸੇ ਦੌਰਾਨ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਚਿੱਟੇ ਰੰਗ ਦੀ ਬਲੈਰੋ ਗੱਡੀ ਤੇ ਸਵਾਰ ਹੋ ਕੇ ਮੋਬਾਈਲ ਵੇਚਣ ਲਈ ਘੁੰਮ ਰਹੇ ਨੇ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਉਸ ਏਰੀਏ ਦੇ ਵਿੱਚ ਨਾਕਾਬੰਦੀ ਕਰ ਦਿੱਤੀ ਤੇ ਨਾਕਾਬੰਦੀ ਦੇਖ ਕੇ ਜਿਹੜੇ ਲੁਟੇਰੇ ਸੀ ਆਪਣੀ ਗੱਡੀ ਨੂੰ ਹੌਲੀ ਕਰ ਲੈਂਦੇ ਆ ਤੇ ਭੱਜਣ ਦੀ ਕੋਸ਼ਿਸ਼ ਕਰਦੇ ਆ, ਜਿਸ ਦੇ ਵਿੱਚ ਇਹਨਾਂ ਦੇ ਸੱਟਾਂ ਵੀ ਲੱਗ ਜਾਂਦੀਆਂ ਨੇ, ਪਰ ਪੁਲਿਸ ਵੱਲੋਂ ਮੌਕੇ ਤੇ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਂਦਾ ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 15 ਮੋਬਾਈਲ ਬਲੈਰੋ ਗੱਡੀ ਬਰਾਮਦ ਕਰ ਲਈ ਜਾਂਦੀ ਆ। ਹਾਲਾਂਕਿ ਇਸ ਦੇ ਵਿੱਚੋਂ ਇੱਕ ਮੁਲਜ਼ਮ ਹੈ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਤੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਇਲਾਜ ਲਈ ਪਹੁੰਚਾ ਦਿੱਤਾ ਜਾਂਦਾ ਹੈ। 2-3 ਦਿਨ ਪਹਿਲੇ ਵਾਰਦਾਤ ਹੋਈ ਸੀਗੀ, ਵੀਡੀਓ ਕਾਫੀ ਵਾਇਰਲ ਹੋਈ ਸੀਗੀ। ਬਲੈਰੋ ਗੱਡੀ ਵਿੱਚ 3-4 ਮੁੰਡੇ ਨਿਕਲਦੇ ਹੈ, ਇੱਕ ਬੰਦੇ ਨੂੰ ਕੁੱਟ ਰਹੇ ਹੈ ਅਤੇ ਖੋਹ ਕਰ ਰਹੇ ਹੈ। ਉਹ ਸਪੈਸ਼ਲ ਬ੍ਰਾਂਚ ਨੇ DCP ਇਨਵੈਸਟੀਗੇਸ਼ਨ ਦੀ ਸੁਪਰਵਿਜ਼ਨ 'ਚ, ACP ਇਨਵੈਸਟੀਗੇਸ਼ਨ ਦੀ ਸੁਪਰਵਿਜ਼ਨ 'ਚ ਉਹ ਟਰੇਸ ਕਰ ਲਿਆ। ਇਹ 21 ਪਿੰਡ ਦੇ 3 ਮੁੰਡੇ ਸੀਗੇ ਜੀ, ਬਲੈਰੋ ਉਹਨਾਂ ਦੇ ਰਿਸ਼ਤੇਦਾਰ ਦੀ ਸੀਗੀ ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ 'ਚ 22 ਵਾਰਦਾਤਾਂ ਇਹ ਮੰਨੇ, 9 ਪਰਚੇ ਇਹਨਾਂ 'ਤੇ ਪਹਿਲਾਂ ਹੀ ਦਰਜ ਹੈ ਜਿਹਦੇ ਵਿੱਚ ਇਹ ਜੇਲ੍ਹ ਕੱਟ ਕੇ ਆਏ। ਅਲੱਗ ਅਲੱਗ ਟਾਈਮ 'ਤੇ ਕੋਈ 2 ਮਹੀਨੇ ਪਹਿਲੇ ਆਇਆ, ਕੋਈ 6 ਮਹੀਨੇ ਪਹਿਲੇ ਆਇਆ। 25-26 ਸਾਲ ਇਹਨਾਂ ਦੀ ਉਮਰ ਹੈ, ਬਾਕੀ ਇਹਦੇ 'ਚ ਇਨਵੈਸਟੀਗੇਸ਼ਨ ਜਾਰੀ ਹੈ। ਦੂਜਾ, ਕੁਝ ਦਿਨ ਪਹਿਲਾਂ CIA ਨੇ 2 ਕਿਲੋ ਅਫੀਮ ਫੜੀ ਸੀਗੀ, ਉਹਦੀ ਬੈਕਵਰਡ ਫੋਰਵਰਡ ਲਿੰਕੇਜਸ ਨੂੰ ਦੇਖਦੇ ਹੋਏ 2 ਕਿਲੋ ਅਫੀਮ ਓਪੀਅਮ ਪਿਓਰ ਦੁਬਾਰਾ ਫੜੀ ਗਈ ਹੈ। ਇੱਕ ਵਿਅਕਤੀ ਵੀ ਗ੍ਰਿਫਤਾਰ ਹੋਇਆ, ਟ੍ਰੇਨ 'ਚ ਰੇਲਵੇ ਦੇ ਥਰੂ ਆਉਂਦਾ ਸੀਗਾ ਟ੍ਰੇਨ 'ਚ, ਅਤੇ ਬਰੇਲੇ ਦਾ ਰਹਿਣ ਵਾਲਾ ਹੈ। ਇਹਦੀ ਵੀ ਆਪਾਂ ਅੱਗੇ ਫੋਰਵਰਡ ਬੈਕਵਰਡ ਲਿੰਕੇਜਸ ਕਰ ਰਹੇ ਹਾਂ। ਪਲੱਸ ਤੀਜਾ ਜਿਹੜਾ ਟਰੈਵਲ ਏਜੰਟ 'ਤੇ ਗੋਲੀ ਚੱਲੀ ਸੀਗੀ ਗੱਡੀ 'ਤੇ ਅਤੇ ਫਿਰੌਤੀ ਮੰਗੀ ਸੀਗੀ, ਇੱਕ ਹੋਰ ਬੰਦਾ ਆਪਾਂ ਗ੍ਰਿਫਤਾਰ ਕੀਤਾ ਅਤੇ ਹਰਿਆਣਾ ਦਾ ਰਹਿਣ ਵਾਲਾ ਹੈ। ਇਹਨੇ 13 ਤਰੀਕ ਨੂੰ ਵੀ ਰੈਕੀ ਕੀਤੀ ਸੀਗੀ, ਗੋਲੀ ਚਲਾਉਣ 'ਚ ਤਾਂ ਕੋਈ ਹੱਥ ਨਹੀਂ ਸੀਗਾ, ਬਟ ਹੀ ਵਾਜ਼ ਆਲਸੋ ਇਨਵੋਲਵਡ, ਹੀ ਇਜ਼ ਪਾਰਟ ਆਫ ਦਾ ਸੇਮ ਗੈਂਗ। ਇਹਦੀ ਵੀ ਇਨਵੈਸਟੀਗੇਸ਼ਨ ਅਤੇ ਇੰਟਰੋਗੇਸ਼ਨ ਚੱਲ ਰਹੀ ਹੈ। ਸਰ, ਇੱਕ ਗੱਲ ਕਰੀਏ, ਲਗਾਤਾਰ ਕਿਹੜੀਆਂ ਵਾਰਦਾਤਾਂ ਲੁੱਟ ਖੋਹਾਂ ਵੀ ਹੋ ਰਹੀਆਂ, ਬਲੈਰੋ ਗੱਡੀ ਦੇ ਵਿੱਚ ਕਿਹੜੇ ਲਗਾਤਾਰ ਵਾਰਦਾਤਾਂ ਕਰ ਰਹੇ, ਇਹ ਕਿੰਨੀਆਂ ਉਸ ਦਿਨ ਵਾਰਦਾਤਾਂ ਕੀਤੀਆਂ ਸੀ ਇਹਨਾਂ ਨੇ? ਇਹ 20 ਤਾਂ ਡਾਕੂਮੈਂਟਡ ਹੈ ਜੀ, ਕੁਛ ਕੁਛ ਇੱਦਾਂ ਦੀ ਵੀ ਹੋਣੀ ਹੈ ਜਿਹੜੀ ਅਨਰਿਪੋਰਟਡ ਹੈ। ਰਾਤ ਦੇ ਸਮੇਂ ਕਰਦੇ ਸੀ ਜਾਂ ਦਿਨ ਦੇ? ਲੇਟ ਨਾਈਟ। ਲਗਾਤਾਰ CCTV ਫੁਟੇਜ ਵੀ ਸਾਹਮਣੇ ਆ ਰਹੀ ਹੈ ਕਈ ਐਕਟਿਵਾ ਤੇ ਜਾ ਕੇ, ਸੇਮ ਬੰਦੇ ਹੀ ਹੈ ਜਾਂ ਕੋਈ? ਮੋਸਟ ਪ੍ਰੋਬਬਲੀ ਸੇਮ ਬੰਦੇ ਹੀ। ਸਾਰੀ ਵਾਰਦਾਤ ਬਲੈਕ ਤੇ ਕੀਤੀ ਜਾਂ ਹੋਰ ਵੀ ਕਿਨਾਂ? ਨਹੀਂ, ਹੋਰ ਪੈਦਲ ਵੀ ਕੀਤੇ, ਕਿਸੇ ਹੋਰ ਦੇ ਗੱਡੀ 'ਚ 2 ਵੀਲਰ 'ਤੇ ਵੀ ਕੀਤੀਆਂ। ਇਹ ਡਰੱਗ ਐਡਿਕਟਿਵ ਹੈ ਜੀ? ਹਾਂ, ਉਹ ਨਸ਼ਾ ਕਰਦੇ ਹਨ। 15 ਦਿਨਾਂ ਦੇ ਵਿੱਚ 38 ਵਾਰਦਾਤਾਂ ਲੁੱਟ ਖੋਹ ਦੀਆਂ ਹੋਈਆਂ ਸਰ। ਟਰੇਸ ਹੋ ਗਈ ਨਾ, 50% ਆਲਮੋਸਟ ਸਾਰੀ ਟਰੇਸ ਹੈ।